ਦੀ ਸਥਿਤੀ ਇੱਥੇ ਇਸ ਤਰ੍ਹਾਂ ਪਹੁੰਚੀ ਤੇ ਹੁਣ ਮੌਕਾ ਮੌਂਟਰੀਅਲ ਵਾਸਤੇ ਕਹਿੰਦੇ ਅਸੀਂ ਵਾਪਸ ਆਈਏ ਉਧਰੋਂ ਪੈਨਲਟੀ ਸਦੀ ਨਹੀਂ ਨਹੀਂ ਇੱਥੇ ਲੜਾਈ ਪ੍ਰਸਟ ਅਤੇ ਫਰੇਜ਼ਰ ਆਪਸ ਵਿੱਚ ਹੁਣ ਗੁੱਸਾ ਕੱਢਣਗੇ ਕਿਵੇਂ ਘਸੁੰਡ ਮਾਰ ਰਹੇ ਨੇ ਪ੍ਰਸਟ ਨੇ ਕੋਸ਼ਿਸ਼ ਕੀਤੀ ਹਜੇ ਚੰਗੀ ਤਰ੍ਹਾਂ ਕਿਸੇ ਦਾ ਮੁੱਕਾ ਨਹੀਂ ਲੱਗਾ ਉਹ ਫਰੇਜ਼ਰ ਨੇ ਸੱਜੀ ਬਾਣਾ ਕੋਸ਼ਿਸ਼ ਕੀਤੀ ਵਰਦੀਆਂ ਹੱਥਾਂ ਦੇ ਵਿੱਚ ਫਸਾਈਆਂ ਹੋਈਆਂ ਨੇ ਉਹ ਹੋਏ ਕਿਆ ਬਾਤ ਹੈ ਹੁਣ ਓਹੋ ਉੱਥੇ ਫਰੇਜ਼ਰ ਦਾ ਕਾਫੀ ਜ਼ਬਰਦਸਤ ਵੱਜਿਆ ਘਸੁੰਡ ਉਹ ਪ੍ਰਸਟ ਨੂੰ ਤਾਂ ਉਹ ਪੜ੍ਹ ਨਹੀਂ ਪਾ ਰਿਹਾ ਫਰੇਜ਼ਰ ਦੇ ਕਾਫੀ ਜ਼ਿਆਦਾ ਵਧੀਆ ਹਨ ਇੱਥੇ ਮੁੱਕੇ ਅਤੇ ਪ੍ਰਸਟ ਨੂੰ ਤਾਂ ਪੜ੍ਹ ਨਹੀਂ ਪਾ ਰਿਹਾ ਹੈ ਭਾਵੇਂ ਕਿ ਪ੍ਰਸਟ ਕਾਫੀ ਤਜਰਬੇਕਾਰ ਹੈ ਇਸ ਪੱਖੋਂ ਅਤੇ ਫਰੇਜ਼ਰ ਕਾਫੀ ਇੱਥੇ ਬਹੁਤ ਜ਼ਿਆਦਾ ਧੂਮਧਾਮ ਨਾਲ 6'4" ਇਹਦਾ ਕੱਦ 220 pounds ਵਜਨ ਕਿਆ ਲੜ ਰਹੇ ਨੇ ਮਾਰਕ ਫਰੇਜ਼ਰ ਅਤੇ ਪ੍ਰਸਟ ਹੁਣ ਥੱਕ ਗਏ ਅਤੇ ਲੜਾਈ ਇੱਥੇ ਬੰਦ ਮਸਾਂ ਹੋਈ ਪ੍ਰਸਟ ਨੂੰ ਤਾਂ ਜ਼ਿਆਦਾ ਔਖਾ ਲੱਗਦਾ ਸੀਗਾ ਫਰੇਜ਼ਰ 2 inches ਲੰਬਾ ਅਤੇ 25 pounds ਇਹਦਾ ਵਜ਼ਨ ਜ਼ਿਆਦੇ ਜੀ ਜੀ ਪ੍ਰਸਟ ਨਾਲੋਂ ਅਤੇ ਇਹ ਤਾਂ ਪ੍ਰਸਟ ਨੂੰ ਇੱਧਰ ਉੱਧਰ ਘੁਮਾਈ ਜਾਂਦਾ ਸੀਗਾ ਪ੍ਰਸਟ ਦੀ ਵੈਸੇ ਕਾਫੀ ਚਿਰ ਤੋਂ ਸੋਚਦਾ ਹੋਊਗਾ ਵੀ ਮੈਂ ਦੇਖਾਂ ਦੇਖੋ ਕਿਸ ਤਰ੍ਹਾਂ ਇਹਨਾਂ ਦਾ ਫਰਕ ਹੈਗਾ ਵਾ ਪ੍ਰਸਟ ਉੱਪਰ ਦੇਖਦਾ ਵਾ ਫਰੇਜ਼ਰ ਥੱਲੇ ਨੂੰ ਦੇਖਦਾ ਵਾ ਅਤੇ ਲੱਗਦਾ ਫਰੇਜ਼ਰ ਇਸ ਜਿੱਤ ਗਿਆ ਹਾਂਜੀ ਅਤੇ ਇੱਥੇ ਹੁਣ ਦੇਖੋ ਝਲਕੀਆਂ ਦੇ ਵਿੱਚ ਕੀ ਹੋ ਰਿਹਾ ਧੱਕੇਸ਼ਾਹੀ ਕਿਵੇਂ ਇਸ ਗੇਮ 'ਚ ਉਹ ਹੋਏ ਕਿਵੇਂ ਸੱਟਿਆ ਸੀ ਹੋਲਜ਼ਰ ਨੂੰ ਸੋ ਮੌਂਟਰੀਅਲ ਫਿਜ਼ੀਕਲ ਢੰਗ ਜ਼ਰੂਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਧਰੋਂ ਟੋਰਾਂਟੋ ਨੇ ਵੀ ਜਵਾਬ ਦਿੱਤਾ ਸੋ ਜਿੱਥੇ ਕਿ ਬਰਫ਼ ਦੇ ਉੱਤੇ ਕਾਫੀ ਇੱਥੇ ਜੋਸ਼ੀਲੇ ਢੰਗ ਨਾਲ ਲੜ ਰਹੇ ਸੀ ਲੱਗਦਾ ਪ੍ਰਸ਼ੰਸਕਾਂ ਨੇ ਥੋੜ੍ਹਾ ਜਿਹਾ ਪਿਆਰ ਵੀ ਦਿਖਾਇਆ ਉਹ ਪਿਆਰ ਬਿਲਕੁਲ ਬਰਫ਼ 'ਤੇ ਨਹੀਂ ਦਿਖਾ ਰਿਹਾ